ਸੁਨੰਦਾ ਸ਼ਰਮਾ ਮਿਲੀ ਆਪਣੀ ਭੈਣ ਬੌਬੀ ਨੂੰ। ਜੀ ਹਾਂ, ਸੁਨੰਦਾ ਨੇ ਆਪਣੀ ਭੈਣ ਬੌਬੀ ਦੇ ਨਾਲ ਇੱਕ ਬੜੀ ਹੀ ਪਿਆਰੀ ਜੀ ਵੀਡੀਓ ਸਾਂਝੀ ਕੀਤੀ ਹੈ। ਇਹ ਸੁਨੰਦਾ ਦੀ ਰੀਅਲ ਸਿਸਟਰ ਨਹੀਂ ਹੈ, ਲੇਕਿਨ ਸੁਨੰਦਾ ਦਾ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਆ। ਸੁਨੰਦਾ ਜਦ ਵੀ ਇਹਨਾਂ ਨੂੰ ਮਿਲਦੇ ਆ ਤੇ ਫੈਨਸ ਨਾਲ ਜ਼ਰੂਰ ਇਹਨਾਂ ਦੀ ਵੀਡੀਓ ਸਾਂਝੀ ਕਰਦੇ ਆ ਤੇ ਫੈਨਸ ਦੀ ਵੀ ਰੂਹ ਖੁਸ਼ ਹੋ ਜਾਂਦੀ ਹੈ। ਕੀ ਗੱਲਾਂ ਕਰਦੀ ਪਈ ਹੈ ਸੁਨੰਦਾ ਸ਼ਰਮਾ ਆਪਣੀ ਭੈਣ ਬੌਬੀ ਦੇ ਨਾਲ? ਆਓ ਫਿਰ ਅਸੀਂ ਸਾਰੇ ਸੁਣਦੇ ਹਾਂ। ਜੀ ਹਾਂ, ਫਿਰ ਤੁਸੀਂ ਸਭ ਨੇ ਸੋਹਣੀ ਲਈਆਂ ਸੁਨੰਦਾ ਸ਼ਰਮਾ ਦੀਆਂ ਕਿਊਟ ਕਿਊਟ ਗੱਲਾਂ। ਕਹਿੰਦੇ ਆ ਨਾ ਕਿ ਜ਼ਿੰਦਗੀ ਇੱਕੋ ਵਾਰ ਮਿਲਦੀ ਆ ਤੇ ਉਹਨੂੰ ਖੁੱਲ ਕੇ ਜੀਣਾ ਚਾਹੀਦਾ, ਤੇ ਉਹੀ ਹਮੇਸ਼ਾ ਸਾਨੂੰ ਸੁਨੰਦਾ ਸ਼ਰਮਾ ਦੀ ਅਦਾ ਦੇ ਵਿੱਚ ਨਜ਼ਰ ਆਉਂਦਾ। ਸੁਨੰਦਾ ਸ਼ਰਮਾ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਉਂਦੇ ਆ। ਲਾਈਫ ਦੇ ਵਿੱਚ ਕੋਈ ਵੀ ਉਤਾਰ ਚੜਾਵ ਹੋਵੇ, ਪਰ ਲੋਕਾਂ ਨਾਲ ਉਹ ਸਾਂਝਾ ਨਹੀਂ ਕਰਦੇ। ਉਹ ਆਪਣੀ ਜ਼ਿੰਦਗੀ ਦੇ ਬਸ ਖੁਸ਼ੀ ਬਤਾਉਣ ਵਾਲੇ ਪਲਾਂ ਨੂੰ ਹੀ ਆਪਣੇ ਫੈਨਸ ਦੇ ਨਾਲ ਸਾਂਝਾ ਕਰਦੇ ਨੇ। ਉਹ ਜਿਹੜੀ ਵੀ ਵੀਡੀਓ ਪਾਉਂਦੀ ਹੈ, ਉਹ ਸਾਰਿਆਂ ਦੇ ਚਿਹਰੇ ਦੇ ਉੱਪਰ ਮੁਸਕਰਾਹਟ ਲੈ ਕੇ ਆਉਂਦੀ ਹੈ। ਸੁਨੰਦਾ ਸ਼ਰਮਾ ਹਮੇਸ਼ਾ ਆਪਣੀ ਜ਼ਿੰਦਾ ਦਿਲੀ ਕਰਕੇ ਹੀ ਜਾਣੀ ਜਾਂਦੀ ਹੈ। ਸੁਨੰਦਾ ਸ਼ਰਮਾ ਦਾ ਇਹ ਜਿਹੜਾ ਗਾਇਕੀ ਦਾ ਸਫ਼ਰ ਹੈ ਦੁਬਾਰਾ ਸ਼ੁਰੂ ਹੋਇਆ। ਬਹੁਤ ਸਾਰੇ ਉਤਾਰ ਚੜਾਵ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ, ਲੇਕਿਨ ਉਹਨਾਂ ਸਾਰੀਆਂ ਰੁਕਾਵਟਾਂ ਨੂੰ ਪਰੇ ਕਰਦੇ ਹੋਏ ਜਦੋਂ ਸੁਨੰਦਾ ਸ਼ਰਮਾ ਨੇ ਆਪਣੀ ਸੈਕਿੰਡ ਇਨਿੰਗ ਮਿਊਜ਼ਿਕ ਜਰਨੀ ਦੀ ਸ਼ੁਰੂ ਕੀਤੀ ਤੇ ਉਹਦੇ ਨਾਲ ਸਭ ਦਾ ਦਿਲ ਜਿੱਤ ਲਿਆ। ਸੁਨੰਦਾ ਦੀਆਂ ਗੱਲਾਂ ਜਿੱਥੇ ਸਭ ਦਾ ਦਿਲ ਮੋਹ ਲੈਂਦੀਆਂ ਨੇ, ਉੱਥੇ ਹੀ ਉਹਨਾਂ ਦੀ ਗਾਇਕੀ ਵੀ ਸਭ ਦੇ ਦਿਲਾਂ ਦੇ ਵਿੱਚ ਡੂੰਘੀ ਛਾਪ ਛੱਡ ਕੇ ਜਾਂਦੀ ਹੈ। ਤੇ ਗਾਇਕੀ ਦੇ ਨਾਲ ਨਾਲ ਫਿਰ ਅਦਾਕਾਰੀ ਦੀ ਜੇ ਗੱਲ ਕਰੀਏ ਤੇ ਇਸ ਵਾਰ ਤੇ ਉਹਨਾਂ ਨੇ ਵਾਟੀ ਕੱਢ ਦਿੱਤੇ ਮਿੱਤਰਾਂ ਦਾ ਚੱਲਿਆ ਟਰੱਕ ਨੀ ਫਿਲਮ ਦੇ ਰਾਹੀਂ। ਮਿੱਤਰਾਂ ਦਾ ਚੱਲਿਆ ਟਰੱਕ ਨੀ ਫਿਲਮ ਦੇ ਵਿੱਚ ਦਰਸ਼ਕਾਂ ਨੇ ਸੁਨੰਦਾ ਸ਼ਰਮਾ ਦੀ ਅਦਾ ਨੂੰ ਤੇ ਅਦਾਕਾਰੀ ਨੂੰ ਦੋਨਾਂ ਨੂੰ ਬੇਹੱਦ ਜ਼ਿਆਦਾ ਪਸੰਦ ਕੀਤਾ ਤੇ ਹੁਣ ਬਹੁਤ ਸਾਰੇ ਦਰਵਾਜ਼ੇ ਖੁੱਲ੍ਹੇ ਨੇ ਸੁਨੰਦਾ ਸ਼ਰਮਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀਆਂ ਹੋਰ ਫਿਲਮਸ ਕਰਨ ਦੇ ਲਈ। ਵੈਲ, ਸੁਨੰਦਾ ਸ਼ਰਮਾ 2025 ਦੇ ਵਿੱਚ ਬਹੁਤ ਸਾਰੇ ਸਰਪ੍ਰਾਈਜ਼ ਆਪਣੇ ਫੈਨਸ ਦੇ ਲਈ ਲੈ ਕੇ ਆ ਰਹੀ ਹੈ, ਲੇਕਿਨ ਉਹਨਾਂ ਦੀਆਂ ਜਿਹੜੀਆਂ ਕਿਊਟ ਗੱਲਾਂ, ਜਿਹੜੀ ਉਹਨਾਂ ਦੀ ਦਿਨ ਚਰਿਆ, ਡੇਲੀ ਰੂਟੀਨ ਹੈਗੀ ਆ, ਉਹ ਵੀ ਆਪਣੇ ਫੈਨਸ ਦੇ ਨਾਲ ਸਾਂਝੇ ਕਰਦੇ ਰਹਿੰਦੇ ਨੇ। ਕਹਿੰਦੇ ਨੇ ਕਿਸੇ ਨੂੰ ਖੁਸ਼ੀ ਦੇਣਾ ਬਹੁਤ ਖੂਬਸੂਰਤ ਗੱਲ ਹੁੰਦੀ ਹੈ ਤੇ ਇਸ ਤੋਂ ਵਧੀਆ ਪੁੰਨ ਦਾ ਕੰਮ ਕੋਈ ਨਹੀਂ ਹੁੰਦਾ। ਤੇ ਜਦੋਂ ਵੀ ਸੁਨੰਦਾ ਸ਼ਰਮਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਲੋਕਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਦੇਖ ਕੇ ਸੁਨੰਦਾ ਸ਼ਰਮਾ ਦੀ ਰੂਹ ਖੁਸ਼ ਹੁੰਦੀ ਹੈ, ਆਪਣੇ ਫੈਨਸ ਨਾਲ ਉਹ ਵੀਡੀਓ ਸਾਂਝੀ ਕਰਦੇ ਆ, ਤੇ ਉਹਨਾਂ ਦੀ ਵੀਡੀਓ ਸਾਂਝੀ ਕੀਤੀ ਗਈ ਫੈਨਸ ਨੂੰ ਵੀ ਮੋਟੀਵੇਟ ਕਰਦੀ ਹੈ ਕਿ ਹਰ ਇੱਕ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਤੇ ਪਿਆਰ ਕਰਨਾ ਚਾਹੀਦਾ। ਤੇ ਫਿਰ ਬੌਬੀ ਭੈਣ ਦੇ ਨਾਲ ਸੁਨੰਦਾ ਸ਼ਰਮਾ ਨੇ ਤੇ ਕਾਫੀ ਜ਼ਿਆਦਾ ਰੌਣਕਾਂ ਲਾ ਦਿੱਤੀਆਂ। ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਨੰਦਾ ਸ਼ਰਮਾ ਦਾ ਕਿਹੜਾ ਗਾਣਾ ਹੈ ਸਭ ਤੋਂ ਜ਼ਿਆਦਾ ਫੇਵਰੇਟ, ਜੋ ਕਿ ਸੁਣਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਰੌਣਕ ਆ ਜਾਂਦੀ ਹੈ? ਇਹ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਅੱਜ ਲਈ ਇੰਨਾ ਹੀ, ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਅਪਡੇਟ ਦੇ ਨਾਲ। ਤਦ ਤੱਕ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ।